ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਅਤੇ ਮੈਂ ਹਾਂ ਜੀ ਲਕਸ਼ਦਾ ਸ਼ਰਮਾ। ਅਤੇ ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਬੋਟਲ ਕੈਪ ਚੈਲੰਜ ਦੇ ਬਾਰੇ ਕਿ ਇਸਨੂੰ ਸਾਰੇ ਜਾਣੇ ਕਿੱਦਾਂ ਵੱਖ ਵੱਖ ਤਰੀਕੇ ਦੇ ਨਾਲ ਪੂਰਾ ਕਰ ਰਹੇ ਨੇ। ਇਸ ਚੈਲੰਜ ਨੂੰ ਦਿੱਤਾ ਸੀ ਜੈਸਨ ਸਟੈਥਮ ਨੇ ਅਤੇ ਇਸਨੂੰ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ ਕੰਪਲੀਟ ਕੀਤਾ ਸੀ ਅਤੇ ਟਾਈਗਰ ਸ਼ਰਾਫ ਨੇ ਇਸਨੂੰ ਹੋਰ ਵੀ ਡਿਫੀਕਲਟ ਕਰਕੇ ਅੱਖਾਂ 'ਤੇ ਪੱਟੀ ਬਣ ਕੇ ਇਸ ਚੈਲੰਜ ਨੂੰ ਪੂਰਾ ਕੀਤਾ। ਇਸ ਚੈਲੰਜ ਨੂੰ ਸੁਨੀਲ ਗਰੋਵਰ ਯਾਨੀ ਕਿ ਗੁੱਥੀ ਨੇ ਕਿੱਦਾਂ ਪੂਰਾ ਕੀਤਾ ਕਾਮੇਡੀ ਅੰਦਾਜ਼ ਵਿੱਚ, ਤੁਸੀਂ ਆਪ ਵੇਖੋ ਇਸ ਵੀਡੀਓ ਵਿੱਚ। ਸਭ ਨੇ ਆਪਣੇ ਵੱਖਰੇ ਵੱਖਰੇ ਅੰਦਾਜ਼ ਦੇ ਨਾਲ ਇਸਨੂੰ ਪੂਰਾ ਕੀਤਾ ਅਤੇ ਤੁਹਾਨੂੰ ਕਿਸਦਾ ਅੰਦਾਜ਼ ਚੰਗਾ ਲੱਗਾ ਸਾਨੂੰ ਦੱਸੋ ਜ਼ਰੂਰ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ। ਨਵੀਂ ਅਤੇ ਲੇਟੈਸਟ ਅਪਡੇਟ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।